ਅੱਡੇ ਚੋਂ ਇਹ ਹੁਣ ਆ ਦੇਖੋ ਪਿੱਛੇ ਆ ਪੱਟ ਕੇ ਅੰਦਰੋਂ ਸਾਰਾ ਸਮਾਨ ਦੇਖੋ ਖੰਡਾਇਆ ਪਿਆ ਜੀ ਪੇਸ ਕਾਸ ਇਹਦੇ ਜੇਬ ਚ ਸੀ ਸਾਰਾ ਕੁਛ ਲੈਟਰਿੰਗ ਕਰਨ ਆਇਆ ਸੀ ਭੰਨਿਆ ਤੁਹਾਡੇ ਸਾਹਮਣੇ ਸਾਰਾ ਕੁਛ ਭੰਨਿਆ ਪਿਆ ਇਹਨੇ ਪਹਿਲਾਂ ਬੈਟਰੀ ਚੱਕੇ ਨੇ ਬਈ ਇਹਦੇ ਵਿਚਾਰੇ ਦੇ ਸਿਲੰਡਰ ਚੱਕੇ ਨੇ ਇਹਨੇ ਜਿੰਨੀਆਂ ਚੋਰੀਆਂ ਅੱਡੇ ਚ ਹੋਈਆਂ ਨੇ ਇਹਨੇ ਬੈਟਰੀ ਵਾਲੀਆਂ ਇਹਨੇ ਕਰੀਆਂ ਨੇ ਮੇਰੀ ਨਿਗਾਹ ਪੈ ਗਈ ਮੈਂ ਉੱਥੇ ਕੁੱਤੇ ਫੜਾ ਕੇ ਮਗਰ ਆ ਗਿਆ ਮੁੰਡੇ ਆ ਗਏ ਮੇਰੇ ਨਾਲ ਉਹਨਾਂ ਨੇ ਫੜਿਆ ਕਹਿੰਦਾ ਕੀ ਹੋ ਗਿਆ ਬੰਦ ਰੱਖਿਆ ਚੋਰ ਹਾਂਜੀ ਹਾਂ ਜੱਦੀ ਪ੍ਰੋਪਰਟੀ ਚ ਲੈਟਰਿੰਗ ਕਰਨ ਆਇਆ ਉਹ ਵੀ ਤਾਰਾਂ ਟੱਪ ਕੇ ਗੇਟ ਟੱਪ ਕੇ ਤਾਰਾਂ ਲੱਗੀਆਂ ਹੋਈਆਂ ਤਾਰਾਂ ਲੱਗੀਆਂ ਹੋਈਆਂ ਨੇ ਤਾਰਾਂ ਇਹ ਇਕੱਲੇ ਸੀ ਇਹਦੇ ਨਾਲ ਤਾਂ ਕੋਈ ਹੋਰ ਨਹੀਂ ਇਕੱਲੀ ਸੀ ਇਹ ਠੀਕ ਹੈ ਨਾਮ ਲਿਆ ਖੀਰੂ ਦਾ ਇਹ ਪਤਾ ਹੀ ਗੱਲ ਹੈ ਖੀਰੂ ਦਾ ਇਹ ਲੋਕ ਨੇ ਇਹਨੇ ਢੱਠੇ ਵਰਗਾ ਸਰੀਰ ਹੈਗਾ ਕਮਾ ਕੇ ਖਾ ਨਹੀਂ ਸਕਦੇ ਕਿ ਜੋ ਕੰਮ ਵੀ ਕਰ ਸਕਦੇ ਨੇ ਦੇਖੋ ਕਿੱਡਾ ਸਰੀਰ ਹੈ ਹੋਰ ਕੀ ਕੀ ਬਰਾਮਦ ਹੋਇਆ ਕੱਲ ਲੁੱਟ ਹੋਰ ਕੀ ਕੀ ਬਰਾਮਦ ਹੋਇਆ ਇਸ ਤੋਂ ਇਹ ਬਾਈ ਅੱਡੇ ਚੋਂ ਜਿੰਨੇ ਬੈਂਟਰੇ ਚੋਰੀ ਹੁੰਦੇ ਨੇ ਸਰਕਾਰ ਤਾਂ ਵੀ ਸਰਕਾਰ ਨੂੰ ਵੀ ਇਹ ਲੋਕਾਂ ਨੂੰ ਬੇੜਾ ਪਾਉਣਾ ਹੈ ਜਿਹੜੇ ਬੰਦੇ ਨੂੰ ਇਹ ਉਹ ਜਿਹੜੀ ਨਹੀਂ ਆਉਂਦਾ ਹੈਗਾ ਅੱਗੇ ਤੋਂ ਯਾਰ ਓਏ ਅੱਗੇ ਤੋਂ ਕੀ ਬਾਈ ਤੂੰ ਗੱਲ ਅੱਗੇ ਅੱਗੇ ਵਾਲੀ ਬੰਦੇ ਹੀ ਮਾਰਤਾ ਤੂੰ ਫਿਰ ਕੇ ਅਣਜਾਣ ਬਣ ਗਿਆ ਜਾ ਕੇ ਮੈਨੂੰ ਤਾਂ ਪਤਾ ਹੀ ਨੀ ਮੈਂ ਤਾਂ ਇਧਰੋਂ ਆਇਆ ਜੀ ਇਧਰੋਂ ਆਇਆ ਇਹ ਗੱਲ ਕਹੀ ਤਾਂ ਨੀ ਸੱਚ ਦੱਸ ਉਹ ਮੁੰਡਿਆਂ ਨੂੰ ਕਹੀਏ ਕੀ ਤੂੰ ਮੈਂ ਉੱਥੇ ਵੀ ਗੱਲ ਕਹੀ ਲੈਟਰਿੰਗ ਬੈਠਣ ਲੱਗਾ ਉੱਥੇ ਤੂੰ ਕਹਿ ਕੀ ਹੋ ਗਿਆ ਮੈਂ ਤਾਂ ਇਧਰੋਂ ਆਇਆ ਇੱਥੇ ਦੇਖ ਲੋ ਲੈਟਰਿੰਗ ਕਰਨ ਵਾਲੀ ਜਗ੍ਹਾ ਬਣਿਆ ਕਿੱਥੋਂ ਦੀ ਫਿਰ ਇਹ ਲੈਟਰਿੰਗ ਕਰਦਾ ਦੀ ਅੰਦਰ ਅੰਦਰ ਬਣ ਕੇ ਕਰ ਲਈ ਬਾਈ ਇਹ
ਫੜਿਆ ਅੰਦਰੋਂ ਫੜਿਆ ਕਿਵੇਂ ਬਾਈ ਇਹਨੇ ਕੀ ਕਰਿਆ ਬਾਈ ਜੀ ਉਧਰੋਂ ਆ ਗਏ ਮਤਲਬ ਖੇਤ ਵਾਲੇ ਜਿਨ੍ਹਾਂ ਦੀ ਇਹ ਜਗ੍ਹਾ ਇਹ ਪ੍ਰੋਪਰਟੀ ਹੈ ਉੱਥੋਂ ਉਹਨਾਂ ਨੇ ਹੱਕ ਮਾਰੀ ਅਸੀਂ ਉੱਥੇ ਖੜੇ ਸੀ ਕੁੱਤੇ ਘੁਮਾ ਰਹੇ ਸੀ ਮੈਂ ਸਾਡਾ ਧਿਆਨ ਪੈ ਗਿਆ ਬਾਈ ਨੇ ਹੱਕ ਮਾਰੀ ਹੈ ਇਹ ਇੱਥੋਂ ਦੀ ਗੇਟ ਟੱਪ ਕੇ ਨਾਲ ਦੀ ਨਾਲ ਪਰਲੀ ਸਾਈਡ ਤੋਂ ਵਿੱਚ ਵੜ ਗਿਆ ਲੋਕ ਉੱਥੇ ਉਹ ਹੋਇਆ ਮਤਲਬ ਆਜ਼ਾਦ ਦਾ ਲੋਕ ਲੁਕ ਜੂ ਉਹ ਮੁੰਡਿਆਂ ਨੇ ਕਿਹੜੇ ਮੇਰੇ ਮਗਰ ਮੁੰਡੇ ਤੀ ਉਹ ਭੱਜ ਕੇ ਤੇ ਮਗਰ ਹੋ ਗਏ ਫੜ ਲਿਆ ਉਹਨਾਂ ਨੂੰ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ ਕਿ ਮੈਂ ਤਾਂ ਲੈਟਰਿੰਗ ਕਰਨ ਜਾ ਰਹੀ ਲੈਟਰਿੰਗ ਕਰਨ ਜਾ ਰਿਹਾ ਸੀ ਉਹਨੇ ਚਲੋ ਅਸੀਂ ਇੱਥੇ ਲੈ ਪੇਸ਼ ਕਸ ਦੀ ਬਾਈ ਇਹਦੇ ਜੇਬ ਚ ਇੱਕ ਲੈਟਰ ਯਾਦ ਦੀ ਪਤਾ ਨੀ ਕੀ ਇਹਨੇ ਖਾਧਾ ਹੋਇਆ ਕੀ ਨਹੀਂ ਯਾਰ ਬਾਈ ਕੁਛ ਨੀ ਖਾਧਾ ਹੈ ਹੁਣ ਤੂੰ ਮੰਨਿਆ ਸੀ ਪਹਿਲਾਂ ਦੱਸ ਕੀ ਖਾਧਾ ਗੋਲੀਆਂ ਖਾਧੀਆਂ ਫਿਰ ਐਡਨੋ ਗੋਲੀਆਂ ਖਾਂਦਾ ਮੈਂ ਜ਼ਰੂਰ ਖਾਂਦਾ ਗਾ ਬਾ ਫੇਰ ਤੂੰ ਕਿਉਂ ਕਹਿ ਰਿਹਾ ਕਿ ਆ ਮੈਂ ਨਹੀਂ ਖਾਂਦਾ ਪਰ ਨਸ਼ੇ ਕਰਕੇ ਨਸ਼ੇ ਕਰਕੇ ਇੰਨਾ ਬਰਬਾਦ ਹੋ ਰਹੇ ਹੋ ਕੋਈ ਕੰਮ ਕਾਰ ਕਰ ਲਓ ਚੱਲ ਵੀਰੇ ਗਲਤੀ ਹੋ ਗਈ ਅੱਗੇ ਤਾਂ ਨਹੀਂ ਵੀਰੇ ਇੱਧਰ 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 ਕੀ ਹੁਣ ਤੂੰ ਦੂਜੇ ਪਾਸੇ ਚੋਰੀ ਕਰੇਗਾ ਜੇ ਇੱਧਰ ਨਹੀਂ ਆਉਂਦਾ ਯਾਰ ਬਾਈ ਯਾਰ ਮੈਂ ਨਹੀਂ ਆਉਂਦਾ ਤੂੰ ਬੈਂਟਰ ਨਹੀਂ ਛੱਡੇ ਉੱਥੇ ਸਾਰੇ ਗੱਡੀਆਂ ਦੇ ਸਰੀਰ ਹੈ ਤੇਰਾ ਥੋੜੀ ਮੋਟੀ ਦਾ ਸ਼ਰਮ ਖਾਓ ਬਸ ਕੀ ਨਹੀਂ ਆ ਦੇਖ ਲੈ ਹੁਣ ਇਹਦੀ ਅੱਖਾਂ ਦੇਖੋ ਅੱਖਾਂ ਦੇਖੋ ਰੱਜਿਆ ਪਿਆ ਜਮੀ ਐਣ ਮੂੰਹ ਤੇ ਝੱਗ ਬਣ ਰਹੀ ਹੈ ਮੂੰਹ ਅੱਡ ਹੋਏ ਮੇਰਾ ਨਾਮ ਸੁੰਦਰ ਹੈ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਇਹ ਚਾਰ ਦਿਨ ਪੰਜ ਦਿਨ ਪਹਿਲੇ ਮੇਰੇ ਲਿਆਏ ਤੀ ਇਹ ਕਹਿੰਦਾ ਮੇਰੇ ਲਿਆ ਸਿਲੰਡਰ ਹੈਗਾ ਭਰੇ ਹੋਇਆ ਮੈਂ ਕਿਹਾ ਕਿੰਨੀ ਕਿੰਨੀ ਸਿਲੰਡਰ ਕਹਿੰਦਾ ਅੱਧਾ ਹੈ ਮੈਂ ਕਿਹਾ ਫਿਰ ਕਿੰਨੀ ਕੁ ਦੇਗਾ ਕਹਿੰਦਾ 2000 ਦੇ ਉਹ ਉੜੇ ਆਇਆ ਦੁਕਾਨ ਤੇ ਬੈਠਿਆ ਤੇ ਉਦੋਂ ਘੁੰਮ ਕੇ ਦੇਖਿਆ ਸਿਲੰਡਰ ਮੇਰੇ ਪਿੱਛੇ ਕੋਲ ਭਰ ਕੇ ਰੱਖਿਆ ਹੋਇਆ ਸੀ ਦੂਜੇ ਦਿਨ ਬਾਅਦ ਨੇ ਦੋ ਦਿਨ ਬਾਅਦ ਮੇਰਾ ਸਿਲੰਡਰ ਗੁੰਮ ਹੋ ਗਿਆ ਚੱਕ ਲੈ ਗਿਆ ਉਹ ਪਿੱਛੋਂ ਦੀਵਾਲ ਤੇ ਨੀਚੇ ਗਿਰ ਦਿਆ ਹਾਂ ਇਹ ਇਹੀ ਬੰਦਾ ਆਏ ਸੀ ਆਏ ਤੈਨੂੰ ਉਧਰ ਦੁਕਾਨ ਤੇ ਤੂੰ ਯਾਰ ਕੌਣ ਦੱਸ ਸਾਰੀ ਮਤਲਬ ਜੰਗਲਾਂ ਮਰਿਆ ਹੋਇਆ ਆਲੇ ਦੁਆਲੇ ਕਵਰ ਕਰੀ ਹੋਈ ਹੈ ਸਾਰੀ ਜਗ੍ਹਾ ਇਹ ਬੰਦੇ ਨੇ ਉਧਰੋਂ ਪਰਲੀ ਸਾਈਡ ਤੋਂ ਤਾਰਾਂ ਟੱਪੀਆਂ ਤਾਂ ਇੱਥੇ ਆ ਗਿਆ ਉਹ ਜਦੋਂ ਖੜਕਾ ਸੁਣਿਆ ਇਹਨੇ ਤੋੜੀ ਉਹ ਚੀਜ਼ ਆ ਖੜਕਾ ਸੁਣਿਆ ਬਾਜਵਾ ਵੀਰਾ ਉੱਥੇ ਹੀ ਹੋਣਾ ਉਹਨੇ ਭੱਜਦਾ ਆ ਗਿਆ ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ ਕੀ ਚੱਕਰ ਪੈ ਗਿਆ ਜਦੋਂ ਅਸੀਂ ਨਿਗਾਹ ਮਾਰੀ ਸਾਨੂੰ ਪਤਾ ਲੱਗਿਆ ਕਿ ਇਹ ਭੱਜ ਕੇ ਉੱਧਰੋਂ ਦੀ ਜਾ ਕੇ ਆ ਗੇਟ ਟੱਪ ਕੇ ਕਿ ਪਰਲੀ ਸਾਈਡ ਤੋਂ ਫੇਰ ਘੁੰਮ ਕੇ ਜਿਹੜੀ ਆ ਪਿੱਛੇ ਜਗ੍ਹਾ ਖਾਲੀ ਪਈ ਹੈ ਇਹਦੇ ਵਿੱਚ ਆ ਗਿਆ
ਅਸੀਂ ਕੁੱਤੇ ਮੈਂ ਕੁੱਤੇ ਫੜਾ ਕੇ ਮੁੰਡੇ ਨੂੰ, ਮੈਂ ਦੋ ਮੁੰਡੇ ਮੇਰੇ ਨਾਲ ਹੋਰ ਸੀ, ਭੱਜ ਕੇ ਇਹਨੂੰ ਫੜ ਲਿਆ, ਅਣਜਾਣ ਬਣ ਗਿਆ ਕੀ ਹੋ ਗਿਆ। ਕਹਿੰਦਾ ਮੈਂ ਤਾਂ ਇੱਧਰੋਂ ਆਇਆ। ਚੱਲ ਇਹਨੂੰ ਫੜ ਕੇ ਅੰਦਰ ਲਿਆਂਦਾ ਉੱਥੋਂ ਜਾਲੀਆਂ ਤੋਂ। ਫਿਰ ਇਹਨੂੰ ਪੁੱਛਿਆ ਕਿ ਬਈ ਇਹ ਇੱਥੇ ਕਰਨ ਕੀ ਆਇਆ ਤੀ, ਐਡਾ ਢੀਠ ਹੈ, ਮੰਨ ਰਿਹਾ ਨਹੀਂ, ਨਾਲੇ ਐਡਾ ਖੜਕਾ ਹੋਇਆ ਸਾਨੂੰ ਵੀ ਉੱਥੇ ਤੱਕ ਸੁਣਿਆ ਕਿਨੇ ਆਹ ਤੋੜਿਆ ਇਹ। ਕਹਿੰਦਾ ਮੈਂ ਤਾਂ ਲੈਟਰਿੰਗ ਕਰਨ ਆਇਆ ਤੀ ਵੀਰੇ, ਪਿੱਛੇ 10 ਕਿੱਲੇ ਜਗ੍ਹਾ ਖਾਲੀ ਪਈ ਹੈ, ਮਤਲਬ ਸਾਰੀ ਖਾਲੀ, ਉੱਥੇ ਟੂਟੀਆਂ ਵੀ ਲੱਗੀਆਂ ਹੋਈਆਂ ਨੇ, ਸਾਰਾ ਕੁਝ ਲੱਗਿਆ ਹੋਇਆ। ਕਿ ਇਹ ਜਾਣ ਕੇ ਝੂਠ ਬੋਲ ਕੇ ਕਿ ਹਾਂ ਮੈਂ ਇੱਥੋਂ ਮੈਂ ਹੋਊਗਾ ਕਿ ਮੈਂ ਬਚ ਜੂੰਗਾ, ਪਰ ਇਹ ਗੱਲ ਗਲਤ ਕਹਿ ਰਿਹਾ ਹੈ। ਹੁਣ ਵੀ ਜੇ ਸੱਚ ਬੋਲੂਗਾ ਤਾਂ ਬਚ ਜੂਗਾ, ਨਹੀਂ ਤਾਂ ਅਸੀਂ ਤਾਂ ਆਹ ਤੁਹਾਡੇ ਸਾਹਮਣੇ ਹੀ ਖੜਾ ਹੈ ਬਾਈ। ਠੀਕ ਹੈ, ਤੇ ਪੁਲਿਸ ਨੂੰ ਇਤਲਾਹ ਕਰਤੀ? ਹਾਂਜੀ, ਪੁਲਿਸ ਨੂੰ ਇਤਲਾਹ ਕਰਤੀ। ਠੀਕ, ਹਾਂਜੀ। ਚੋਰੀ ਹੁੰਦਾ ਆ ਮੁੰਡਾ, ਤੁਹਾਨੂੰ ਦੱਸਿਆ ਹੀ ਹੈ, ਆ ਬੇਚਾਰਾ ਚਾਹ ਬਣਾਉਂਦਾ, ਉਹਨੂੰ ਚਾਹ ਫੜਾਉਣ ਜਾਣਾ ਪੈਂਦਾ ਕਿਤੇ ਨਾ ਕਿਤੇ, ਉਹਦਾ ਆਉਂਦਿਆਂ ਨੂੰ ਇਹਨੇ ਸਿਲੰਡਰ ਵੀ ਗਾਇਬ ਕਰਤਾ, ਗਰੀਬ ਬੰਦੇ ਦਾ। ਤੁਸੀਂ ਇਹ ਦੇਖੋ, ਇਹਦਾ ਪੇਸ਼ਾ ਹੀ ਇਹ, ਗੱਲ ਵੀ ਇਹੀ ਕਹਿ ਰਿਹਾ ਕਿ ਹਾਂ ਮੈਂ ਇੱਥੋਂ ਮੁੜ ਕੇ ਆਹ ਏਰੀਏ 'ਚ ਨਹੀਂ ਆਉਂਦਾ, ਕਿ ਹਾਂ ਦੂਜੇ ਏਰੀਆ 'ਚ ਜਾ ਕੇ ਚੋਰੀ ਕਰੂੰਗਾ, ਕਿ ਕੰਮ ਨਹੀਂ ਕਰਨਾ ਹੈਗਾ ਕੋਈ, ਕਿ ਚੋਰੀ ਉਹ ਕਰਨੀ ਹੈ। ਇਹਨੇ ਕਬੂਲ ਕਰਿਆ ਵੀ ਇਹ ਮੈਂ ਕਰਿਆ? ਹਾਂ ਕਰਿਆ, ਮਾਮਾ ਹੁਣ ਨਹੀਂ ਮੰਨ ਰਿਹਾ, ਜਾਣ ਕੇ ਨਹੀਂ ਮੰਨ ਰਿਹਾ, ਕਰਿਆ ਇਹਨੇ ਕਬੂਲ, ਕਿਹਾ ਇਹਨੇ। ਹਾਂਜੀ ਅੰਕਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਤਜੀਤ ਸਿੰਘ ਹੈ ਜੀ। ਠੀਕ ਹੈ, ਕੀ ਮਾਮਲਾ ਹੈ? ਮਾਮਲਾ ਕੀ ਹੈ ਯਾਰ, ਇੱਥੇ ਚੋਰਾਂ ਨੇ ਲਹੂ ਪੀ ਰੱਖਿਆ। ਪਹਿਲਾਂ ਵੀ ਇਹ ਮੇਰਾ ਦਫ਼ਤਰ ਬਣਾਇਆ ਹੈ, ਇੱਥੇ ਰੇਤੀ ਬਜਰੀ ਦਾ ਕੰਮ ਕਰਦੇ ਤੇ ਆਪਾਂ ਸਾਲ ਪਹਿਲਾਂ, ਤੇ ਇਹਦੇ ਵਿੱਚ 2 ਵਾਰ ਚੋਰੀ ਹੋ ਗਈ, ਹੁਣ ਇਹ 3ਵੀਂ ਵਾਰ ਭੰਨਿਆ ਹੈਗਾ, ਅਤੇ ਮਤਲਬ ਅੱਜ 3ਵੀਂ ਵਾਰ ਮੈਨੇ ਇੱਥੇ ਬੰਦਾ ਫੜਿਆ। 2 ਵਾਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਇਹ ਤੋੜਿਆ ਅਤੇ ਕਿਹੜੇ ਵੇਲੇ ਇਹਦੇ 'ਚੋਂ ਸਮਾਨ ਚੱਕ ਕੇ ਲੈ ਗਏ। ਅੱਜ ਮੈਂ ਬੰਦਾ ਫੜਿਆ ਇਹ, ਚਲੋ ਪੁਲਿਸ ਵਾਲੇ ਨੂੰ ਫੜਾਤਾ ਮੈਨੇ ਬੰਦਾ। ਚੋਰ ਦਾ ਅੰਦਰੋਂ ਮੋਬਾਈਲ ਵੀ ਫੜਿਆ ਸੀਗਾ? ਹਾਂ, ਚੋਰ ਲਵੇ ਮੋਬਾਈਲ ਹੈਗਾ ਸੀ, ਪੇਚਕਸ ਸੀਗਾ ਮਤਲਬ, ਅਤੇ ਨਸ਼ੇ ਪੱਤੇ ਕਰਦੇ ਨੇ ਜੀ ਇਹ, ਨਸ਼ਾ ਪੱਤਾ ਵੀ ਸੀ ਉਹਦੇ। ਅੰਕਲ ਤੁਹਾਡਾ ਕਾਹਦਾ ਦਫ਼ਤਰ ਹੈ? ਇਹ ਰਾਜੇ ਬੈਠਣ ਵਾਸਤੇ ਆਫਿਸ ਬਣਾਇਆ ਹੋਇਆ ਆਪਣਾ, ਬਿਲਡਿੰਗ ਮਟੀਰੀਅਲ ਦਾ ਕੰਮ ਸੀਗਾ। ਠੀਕ ਹੈ, ਇੱਕ ਸਾਲ ਪੈਸੇ ਵਗੈਰਾ ਵੀ ਕੁਝ ਪਏ? ਹਾਂ, ਚੋਰ ਨੂੰ ਇਹ ਦੀ ਵੀ ਖਬਰ ਹੈ ਇਹਦੇ ਵਿੱਚ ਕੀ ਹੈ, ਕੋਈ ਕੀਮਤੀ ਚੀਜ਼ ਆਪਦੇ ਘਰ ਪੂਰਾ ਕਰਨ ਵਾਸਤੇ ਉਹਨੇ ਇਹਨੂੰ ਭੰਨਿਆ, ਇਹਦੇ ਵਿੱਚੋਂ ਕੋਈ ਆਪਦਾ ਉਹਨੂੰ ਲੱਗਦਾ ਹੋਣਾ ਜਿਹੜੀ ਚੀਜ਼ ਆਪਦਾ ਚੱਕ ਕੇ ਲੈ ਜਾਂਦਾ ਉਹ। ਫਿਲਹਾਲ ਇਹਦੇ ਵਿੱਚ ਆਪਣਾ ਕਾਊਂਟਰ ਲੱਗਿਆ ਹੋਇਆ, ਕਾਊਂਟਰ ਦੇ ਵਿੱਚ ਤੁਹਾਨੂੰ ਪਤਾ ਹੀ ਆਪਣਾ ਥੋੜ੍ਹਾ ਬਹੁਤਾ ਕੈਸ਼ ਵੀ ਹੁੰਦਾ, ਬਾਕੀ ਕਾਪੀਆਂ ਕਿਤਾਬਾਂ ਹੁੰਦੀਆਂ ਨੇ, ਹੋਰ ਬਾਕੀ ਹੋਰ ਵੀ ਸਮਾਨ ਹੁੰਦਾ। ਹੁਣ ਕੀ ਆਪਾਂ ਨਿਗਾਹ ਰੱਖਦੇ ਹਾਂ, ਹਜ਼ਾਰਾਂ ਚੀਜ਼ਾਂ ਪਈਆਂ। ਤੁਸੀਂ ਪੁਲਿਸ ਨੂੰ ਇਤਲਾਹ ਕਰਤੀ, ਮੌਕੇ ਤੇ ਪੁਲਿਸ ਆ ਗਈ, ਤਾਂ ਹੁਣ ਕਾਰਵਾਈ ਹੋ ਰਹੀ ਹੈ? ਪੁਲਿਸ ਲੈ ਗਈ ਜੀ ਉਹਨੂੰ ਫੜ ਕੇ, ਤੇ ਹੁਣ ਦੇਖਦੇ ਹਾਂ ਕੀ ਬਣਦਾ ਅੱਗੇ। ਠੀਕ।